बैठो सर, क्वेश्चन रख लो सर इजीली। ए सर मेरे दोस्त है बिला। मैनू लगता है आपां पहला कदे मिले नहीं। अच्छा, मैनू भी लग रहा है कि आपां कदे नहीं मिले सर। भाभी जी साढ़े तो आए गए नू पानी तानी पुछते होंगे, थोड़े नहीं पुछते? क्यों नहीं पुछते? वो बस थोड़े आम का चा ही है ना, वो चीजा दिमाग चो निकल गई। बख्शीश। दरअसल मैं ज्यादा करके फिर इन्हों शीशो शीशो ही कहना, कई बार शीशी भी कह देना। बख्शीश इन्हों आदत नहीं सुन दी। पानी लियाओ, पानी पियाओ। हां हां जी, पानी लेके पानी कित्थों लेके आना? फ्रिज च और कित्थों? हां जी, फ्रिज कित्थे? किचन च। किचन कित्थे? घर च ही है। कमाल है, ਇਹਨਾਂ ਨੂੰ ਆਪਣੇ ਘਰ ਦੀ ਕਿਚਨ ਵੀ ਨਹੀਂ ਪਤਾ? ਪਤਾ ਹੈ ਸਰ, ਸਾਰਾ ਹੀ ਪਤਾ ਹੈ। ਐਵੇਂ ਐਵੇਂ ਮੇਰੇ ਟੈਸਟ ਲੈ ਰਹੇ ਨੇ, ਮੈਂ ਇੰਟਰਸਟ ਨਹੀਂ ਨਾ ਬਹੁਤਾ ਲੈਂਦਾ ਘਰ 'ਚ। ਉਹ ਦੇਖ ਰਹੇ ਨੇ ਕਿ ਮੈਨੂੰ ਪਤਾ ਕਿ ਨਹੀਂ ਪਤਾ, ਐਵੇਂ ਅਟਕੇਲੀਆਂ ਕਰ ਰਹੇ ਮੇਰੇ ਨਾਲ। ਦੇਖਿਓ ਆਪਣੀਆਂ ਅਟਕੇਲੀਆਂ 'ਚ ਕਿਤੇ ਮੈਨੂੰ ਨਾ ਪਿਆਸਾ ਮਾਰ ਦਿਓ। ਨਹੀਂ ਨਹੀਂ ਸਰ, ਪਾਣੀ ਆਏਗਾ ਹੁਣੇ। ਇਹਨਾਂ ਦੇਖਿਓ ਹੁਣੇ ਉੱਠ ਕੇ ਨਾ ਇੱਥੋਂ ਸਰ ਸੱਜੇ ਜਾਣਾ, ਸੱਜੇ ਜਾ ਕੇ ਅਤੇ ਥੋੜ੍ਹਾ ਜਿਹਾ ਅੱਗੇ ਜਾ ਕੇ ਨਾ ਦੇਖਣਾ ਖੱਬੇ ਅੰਦਰ ਇੱਧਰ ਮੁੜ ਰਿਹਾ ਤਾਂ ਉਹ ਕਿਚਨ ਵਾਲੇ ਪਾਸੇ, ਕਿਚਨ 'ਚ ਜਾ ਕੇ ਨਾ ਪਾਣੀ ਲੈ ਕੇ ਆ ਜਾਣਾ। ਇਹ ਤਾਂ ਕਮਾਲ ਹੋ ਗਈ, ਤੁਹਾਨੂੰ ਤਾਂ ਪਤਾ ਹੈ ਨਾ ਸਾਰੇ। वैसे भाभी जी है बहुत होशियार। होशियार तो वाकई बहुत है जान मेरी। जान? ये थोड़े सामने बैठा है, थोड़ी घर वाली नु जान जान कही जांदा। जान दे कह रहे। दरअसल भाभी जान कहंदा देवर भरजाई दा शुगल बहुत चलदा है। ਤੇ ਉਹ ਵੈਸੇ ਤੇ ਭਾਬੀ ਜਾਣ ਹੀ ਕਹਿੰਦਾ, ਕਈ ਵਾਰੀ ਭਾਬੀ ਭੁੱਲ ਜਾਂਦਾ। ਅੱਛਾ, ਇੱਕ ਵਾਰੀ ਤਾਂ ਬਾਜ਼ਾਰ ਚਲੇ ਗਏ ਸਮਾਨ ਸਮੂਨ ਲੈਣ ਕੋਈ, ਤੇ ਇਕੱਲਾ ਹੀ ਆ ਗਿਆ। ਮੈਂ ਕਿਹਾ ਭਾਬੀ ਭੁੱਲ ਆਇਆ, ਕਹਿੰਦਾ ਮੈਂ ਭਾਬੀ ਭੁੱਲ ਹੀ ਜਾਂਦਾ ਕਈ ਵਾਰੀ। ਕਿੱਦਾਂ ਹੀ ਕਈ ਵਾਰੀ ਭਾਬੀ ਜਾਣ ਕਹਿਣਾ ਭੁੱਲ ਜਾਂਦਾ ਤੇ ਇਕੱਲਾ ਜਾਣ ਹੀ ਕਹਿ ਦਿੰਦਾ। ਚਲੋ ਛੱਡੋ ਇਹਨਾਂ ਗੱਲਾਂ ਨੂੰ, ਕੋਈ ਕੰਮ ਦੀ ਗੱਲ ਕਰਦੇ ਹਾਂ। ਐ ਦੱਸੋ ਬਾਈ ਦੀ ਵੇ, ਤੁਹਾਡਾ ਵਿਆਹ ਕਦੋਂ ਹੋਇਆ ਸੀ? ਨਾਲੇ ਤੁਸੀਂ ਕਹਿ ਰਹੇ ਸੀ ਕੰਮ ਦੀ ਗੱਲ ਕਰਦੇ, ਨਾਲੇ ਵਿਆਹ ਦੀ ਸ਼ੁਰੂ ਕਰ ਲਈ। ਫਿਰ ਵੀ ਦੱਸੋ। 2002। अच्छा, दिसंबर महीना। हाँ जी, बहुत ठंड। इन्नी ठंड, मतलब मैं सेरा लाया, मेरी दंदोड़ी की बजिया। दंदकड़ी की बजती होंगी ना जी, तो वो मेरी दंदकड़ी की बजे तो बराती और नची जाना। इन्हें बड़ा भंगड़ा पाया। बहुत अच्छा। दस हनीमून मनान कितने गए सी? लुधियाने। लुधियाने? लुधियाने तो बंदे का कोई रिश्तेदार रुस जाए तो नहीं मनान जाता, तुसी हनीमून मनान चल गए उत्थे? दिवाली डिस्काउंट चल रहा सी। दिसंबर दे महीने दिवाली? नहीं, वो दिवाली तो शुरू होया सी, दिसंबर तक चल रहा सी डिस्काउंट। अच्छा, 50% डिस्काउंट सीगा होटल ते, ते मैं कहा चलो सोना पैकेज मिल रहा ते लुधियाने हनीमून मनान चले जाने। ਹੈ ਤੇ ਬੜਾ ਅਜੀਬ ਜਿਹਾ ਸ਼ਹਿਰ, ਭੀੜ ਭੜੱਕਾ ਵੀ ਬਹੁਤ ਉੱਥੇ, ਤੇ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਹਨੀਮੂਨ ਮਨਾਉਣ ਚਲੇ ਜਾਂਦੇ ਆ। ਮੰਨਿਆ ਤੇ ਮੰਨਿਆ, ਨਹੀਂ ਤੇ ਖਸਮਾਂ ਨੂੰ ਖਾਵੇ, ਉਹ ਆਪਣੇ ਘਰ ਰਾਜੀ, ਅਸੀਂ ਆਪਣੇ ਘਰ ਰਾਜੀ। ਪਰ ਪਰਪੁਰ ਨੂੰ ਗੋਲੀ ਮਾਰੋ, ਪਾਣੀ ਆ ਗਿਆ, ਲਿਆਓ। ਥੈਂਕ ਯੂ ਜੀ, ਥੈਂਕ ਯੂ। ਬਸ ਬੈਠੋ ਤੁਸੀਂ। ਆ ਦੱਸੋ ਭਾਬੀ ਜੀ, ਡਿਸਕਾਊਂਟ ਦੇ ਲਾਲਚ ਵਿੱਚ ਕੁਕੀ ਜੀ ਤੁਹਾਨੂੰ ਕਿਹੋ ਜੀ ਜਗ੍ਹਾ ਹਨੀਮੂਨ ਵਾਸਤੇ ਲੈ ਗਏ? ਉਹ ਜੀ, ਇਹਨਾਂ ਦੀ ਵੀ ਗਲਤੀ ਨਹੀਂ ਹੈ, ਹਿਮਾਚਲ ਗਵਰਨਮੈਂਟ ਦਾ ਡਿਸਕਾਊਂਟ ਆਫਰ ਇੰਨਾ ਵਧੀਆ ਸੀ ਕਿ ਕੀ ਕਰਦੇ। ਲੁਧਿਆਣਾ ਕਦੋਂ ਤੋਂ ਹਿਮਾਚਲ 'ਚ ਚਲਾ ਗਿਆ ਜੀ? ਕਨਫਿਊਜ਼ ਕਰ ਰਹੇ ਸਰ ਤੁਸੀਂ। ਉਹ ਨਾ ਲੁਧਿਆਣੇ 'ਚ ਇੱਕ ਹੋਟਲ ਸੀ, ਉਹਦਾ ਨਾਂ ਸੀ ਹਿਮਾਚਲ ਗਵਰਨਮੈਂਟ ਹੋਟਲ, ਪਿੱਛੇ ਜਿਹੇ ਬੰਦ ਹੋਇਆ ਹੈ। ਅੱਛਾ ਅੱਛਾ ਅੱਛਾ। ਨਾਲੇ ਕਹਿ ਰਹੇ ਸੀਗੇ ਵੀ ਮੌਸਮ ਕਰਕੇ ਤੁਹਾਨੂੰ ਵਿਆਹ 'ਚ ਬੜੀ ਮੁਸ਼ਕਲ ਆਈ। ਮੁਸ਼ਕਲ ਵਰਗੀ ਮੁਸ਼ਕਲ? ਜੂਨ ਦਾ ਮਹੀਨਾ, ਇੰਨੀ ਗਰਮੀ, ਇੰਨੀ ਗਰਮੀ, ਉਫ। ਉਹ ਤਾਂ ਜੀ ਸਾਡੇ ਗੁਣ ਬੜੇ ਮਿਲਦੇ ਸੀ, ਤਾਂ ਕਰਕੇ ਅਸੀਂ ਵਿਆਹ ਡਿਲੇ ਨਹੀਂ ਕੀਤਾ। ਗੁਣ ਪਤਾ ਨਹੀਂ ਕਿਵੇਂ ਮਿਲ ਗਏ, ਤੁਹਾਡੇ ਸਟੇਟਮੈਂਟਾਂ ਤਾਂ ਮਿਲਦੀਆਂ ਨਹੀਂ। ਤੁਸੀਂ ਜੂਨ ਕਹਿ ਰਹੇ ਹੋ, ਇਹ ਦਸੰਬਰ ਕਹਿ ਰਿਹਾ, ਮੇਰੇ ਤਾਂ ਸਮਝ ਹੀ ਨਹੀਂ ਆ ਰਹੀ ਕੁਛ ਵੀ। ਦਰਅਸਲ ਇਹਨਾਂ ਦਾ ਵਿਆਹ ਜੂਨ 'ਚ ਹੋਇਆ ਸੀ, ਮੇਰਾ ਦਸੰਬਰ 'ਚ। ਅੱਡ ਅੱਡ ਹੋਏ ਦੋਹਾਂ ਦੇ ਵਿਆਹ? ਨਹੀਂ ਨਹੀਂ, ਮਤਲਬ ਇਹਨਾਂ ਦਾ ਪਹਿਲਾਂ ਇੱਕ ਹੋਰ ਵਿਆਹ ਜੂਨ 'ਚ ਹੋਇਆ ਸੀ, ਤੇ ਉਸ ਕੰਜਰ ਨੇ ਤੇ ਇਸ ਜੂਨ ਜੋਗੀ ਦੀ ਜੂਨ ਖਰਾਬ ਕਰ ਦਿੱਤੀ। ਮੈਂ ਤੇ ਫਿਰ ਦਸੰਬਰ ਨਹੀਂ ਪਹਿਨ ਦਿੱਤਾ, ਨਵੰਬਰ 'ਚ ਇੰਗੇਜਮੈਂਟ ਤੇ ਦਸੰਬਰ ਦੇ ਵਿੱਚ ਸ਼ਾਦੀ। ਇਹਦਾ ਮਤਲਬ ਹੈ ਭਾਬੀ ਜੀ ਦੇ ਬਹੁਤ ਸਾਰੇ ਵਿਆਹ ਹੋਏ ਆ। ਅਸਲੀ ਹੁਣ ਤਾਂ ਬਾਕੀ ਹੈ ਜੀ। ਅਸਲੀ? ਹਾਂ, ਹੀ ਇਜ਼ ਆਲਸੋ ਰਾਈਟ। ਅਸਲੀ ਵਿਆਹ ਹੋਣਾ? ਅਸਲੀ ਵਿਆਹ? ਅਜੇ ਸਿਰਫ ਸਾਡੀ ਕੋਰਟ ਮੈਰਿਜ ਹੋਈ, ਕੋਰਟ ਪਾਇਆ, ਕੋਰਟ 'ਚ ਚਲੇ ਗਏ ਮੈਰਿਜ। ਨਹੀਂ, ਪਰ ਤੁਸੀਂ ਕਹਿ ਰਹੇ ਸੀਗੇ ਵੀ ਤੁਹਾਡੀ ਦੰਦ ਕੜੀਕੀ ਤੇ ਲੋਕ ਭੰਗੜਾ ਪਾ ਰਹੇ ਸੀਗੇ, ਉਹ ਕਿਹੜਾ ਵਿਆਹ ਸੀ? ਵਿਆਹ ਹੋਇਆ, ਸਿਹਰੇ ਲੱਗੇ, ਫੇਰੇ ਸ਼ੁਰੂ ਹੋਏ, ਇੱਕ ਫੇਰਾ ਰਹਿੰਦਾ ਸੀ ਅਜੇ, ਮੈਂ ਆਕੜ ਗਿਆ।
ਸੌਰੇ ਨਾ ਨਹੀਂ ਉਹ ਮੈਂ ਉਹ ਠੰਡ ਚਾਕੜ ਗਿਆ ਉੱਥੇ ਹੀ ਲਾੜੇ ਨੂੰ ਚੁੱਕਿਆ ਸਿੱਧਾ ICU ਚ ਲੈ ਗਏ ਮੈਨੂੰ ਬੈੱਡ ਤੇ ਪਾ ਕੇ ਮੇਰੇ ਬੈੱਡ ਥੱਲੇ ਅੱਗ ਬਾਲੀ ਤਾਂ ਮੈਂ ਥੋੜਾ ਨਰਮ ਜਿਹਾ ਹੋ ਕੇ ਉੱਠਿਆ ਆਪਣੀ ਮਾਂ ਨੂੰ ਬੇਵਕੂਫ ਬਣਾ ਕੇ ਕਿੱਥੇ ਫਿਰਦੇ ਬੋਲੀ ਸੌਰੀ ਐਕਚੁਅਲੀ ਮੈਨੂੰ ਪਤਾ ਨਹੀਂ ਲੱਗਦਾ ਇੱਕ ਦੋ ਵਾਰ ਤਾਂ ਬਗਾਨੇ ਫੋਨ ਚੁੱਕਣ ਕਰਕੇ ਮੇਰੇ ਕੁੱਟ ਵੀ ਪੈ ਚੁੱਕੀ ਵੈਸੇ ਇਹਨਾਂ ਨੂੰ ਪਤਾ ਹੈ ਕਿ ਮੈਨੂੰ ਪਤਾ ਹੀ ਨਹੀਂ ਲੱਗਦਾ ਮੈਂ ਕਿਸੇ ਦਾ ਵੀ ਫੋਨ ਚੁੱਕ ਲੈਂਦਾ ਕਈ ਤਾਂ ਮੈਨੂੰ ਫੋਨ ਚੁੱਕਣ ਵਾਲਾ ਹੀ ਸਮਝ ਲੈਂਦੇ ਲੱਗਦਾ ਖਾਣੇ ਵਾਲਾ ਆ ਗਿਆ ਖਾਣੇ ਵਾਲਾ ਖਾਣਾ ਤੁਸੀਂ ਘਰ ਨਹੀਂ ਬਣਾਇਆ ਘਰੇ ਬਣਿਆ ਦਰਅਸਲ ਖਾਣੇ ਵਾਲਾ ਆ ਗਿਆ ਦਾ ਮਤਲਬ ਅਸੀਂ ਕਿਸੇ ਹੋਰ ਨੂੰ ਵੀ ਇਨਵਾਈਟ ਕੀਤਾ ਸੀ ਤੁਸੀਂ ਐਡੇ ਵੱਡੇ ਅਫਸਰ ਆ ਗਏ ਸਾਡੇ ਮੁਹੱਲੇ 'ਚ ਇੱਕ ਬਹੁਤ ਵੱਡੇ ਅਫਸਰ ਨੇ ਅਸੀਂ ਉਹਨਾਂ ਨੂੰ ਇਨਵਾਈਟ ਕੀਤਾ ਸੀ ਕਿ ਤੁਹਾਡੇ ਨਾਲ ਬਹਿ ਕੇ ਅਸੀਂ ਖਾਂਦੇ ਚੰਗੇ ਤਰ੍ਹਾਂ ਲੱਗਦੇ ਹਾਂ ਅਸੀਂ ਕਿਹਾ ਵੀ ਅਫਸਰ ਦੇ ਨਾਲ ਅਫਸਰ ਹੀ ਬਹਿ ਕੇ ਖਾਵੇ ਤਾਂ ਚੰਗਾ ਲੱਗਦਾ ਇਸ ਕਰਕੇ ਉਹਨਾਂ ਨੂੰ ਖਾਣੇ 'ਤੇ ਇਨਵਾਈਟ ਕੀਤਾ ਸੀ ਉਹਨਾਂ ਦਾ ਕਹਿਣ ਦਾ ਮਤਲਬ ਖਾਣਾ ਖਾਣੇ ਵਾਲਾ ਆ ਗਿਆ ਹਾਂ ਸਰ ਇੱਦਾਂ ਕਰਦੇ ਹਾਂ ਤੁਸੀਂ ਘਰ ਪਿੱਛੋਂ ਨਹੀਂ ਦੇਖਿਆ ਰਿਹਾ ਸਾਰਾ ਹਾਂਜੀ ਹਨਾ ਤੁਹਾਨੂੰ ਮੈਂ ਬਾਕੀ ਘਰ ਦਿਖਾ ਦਿਆਂ ਜ਼ਰਾ ਦੇਖੋ ਸਰ ਦੀਵਾਰ ਬਹੁਤ ਵਧੀਆ ਦੀਵਾਰ ਹਾਂਜੀ ਤੁਸੀਂ ਆਪ ਬਣਾਈ ਹੈ ਨਹੀਂ ਇਹ ਬਣਾਈ ਤਾਂ ਸਰ ਜਿੱਦਾਂ ਮਿਸਤਰੀ ਨੇ ਪਰ ਆਈਡੀਆ ਮੇਰਾ ਸੀ ਦੀਵਾਰ ਬਣਾਉਣ ਦਾ ਵਾਹ ਬਹੁਤ ਵਧੀਆ ਵਾਹ ਜੇ ਇਹ ਆਈਡੀਆ ਤੁਹਾਨੂੰ ਨਾ ਆਉਂਦਾ ਇਧਰੋਂ ਤੁਹਾਡਾ ਘਰ ਖੁੱਲਾ ਰਹਿਣਾ ਸੀ ਫਿਰ ਡੋਰ ਦਾ ਫਾਇਦਾ ਨਹੀਂ ਸੀ ਹੋਣਾ ਚੋਰ ਇਧਰੋਂ ਹੀ ਆ ਜਾਣੇ ਸੀ ਓਏ ਕਾਕਾ ਤੂੰ ਉੱਥੇ ਕੀ ਕਰ ਰਿਹਾ ਮੈਂ ਇੱਥੇ ਫੁੱਲ ਮੈਂ ਨਾ ਜੀ ਆਉਂਦਾ ਜਾਂਦਾ ਫੁੱਲਾਂ ਦੀ ਖੁਸ਼ਬੂ ਸੁੰਘਣ ਲਈ ਇੱਥੇ ਰੁਕ ਜਾਂਦਾ ਪਰ ਉਹ ਫੁੱਲ ਤਾਂ ਨਕਲੀ ਹੈ ਸਰ ਪਾਗਲਿਆਂ ਨੂੰ ਕੁਛ ਨਹੀਂ ਪਤਾ ਚੱਲੇ ਸਰ ਮੈਂ ਕੀ ਕਹਿੰਦਾ ਜਦ ਤੱਕ ਰੋਟੀ ਬਣਦੀ ਹੈ ਤੇ ਜਨਾਬ ਲਈ ਚਾਹ ਕਹਿ ਦਿਆਂ ਜੀ ਕੋਈ ਨਹੀਂ ਚਾਹ ਵੀ ਪੀ ਲਾਂਗੇ ਨਹੀਂ ਮੈਂ ਕਹਿੰਦਾ ਚਾਹ ਰਹਿਣ ਹੀ ਦਿੰਦੇ ਹਾਂ ਸਰ ਕਿਉਂਕਿ ਚਾਹ ਨਾਲ ਫਿਰ ਉਹ ਭੁੱਖ ਮਰ ਜਾਣੀ ਹੈ ਜੀ ਇਹ ਵੀ ਠੀਕ ਹੈ ਨਾਲੇ ਮੇਨਲੀ ਮੈਂ ਤਾਂ ਰੋਟੀ ਤੇ ਆਇਆ ਚਾਹ ਵਾਸਤੇ ਤਾਂ ਆਇਆ ਹੀ ਨਹੀਂ ਚਾਹ ਮਨਾ ਹੀ ਕਰ ਦੋ ਹਾਂਜੀ ਮਨਾ ਕਰਨ ਦੀ ਲੋੜ ਹੀ ਨਹੀਂ ਕਿਉਂਕਿ ਚਾਹ ਮੈਂ ਕਹੀ ਨਹੀਂ ਸਰ ਵਾਹ ਬਈ ਵਾਹ ਕੁਛ ਰੱਖ ਲਿਓ ਸਰ